ਗਰਮੀ ਚ ਕਿਹੜੀ ਰੋਟੀ ਚੰਗੀ ਲੱਗਦੀ ਆ। ਆਪਣਾ ਭਾਂਡੇ ਲੈ ਜਾ ਭਾਈ, ਆਪਣਾ ਆ ਗਈ ਬਾਪੂ ਜੀ, ਆ ਭਾਂਡੇ ਲੈ ਜਾਓ ਭਾਈ। ਬਾਪੂ ਜੀ ਰੋਟੀ ਹੋਰ ਲੈਂਦੇ ਨੇ ਤੁਸੀਂ? ਬਸ ਭਾਈ ਢਿੱਡ ਭਰਿਆ ਪਿਆ ਗਰਮੀ ਨਾਲ, ਗਰਮੀ ਚ ਕਿੱਥੇ ਰੋਟੀ ਸਵਾਦ ਲੱਗਦੀ ਹੈਗੀ। ਹੋਰ ਐਂ ਲੱਗਦਾ ਵੀ ਪਾਣੀ ਪਾਣੀ ਪੀ ਚੱਲ। ਨਾਲੇ ਭਾਈ ਆ ਕੇ ਉਹ ਕੱਟ ਪਾਇਆ ਕਰੋ, ਆਹ ਦੇਖਣ ਦਾ ਗਲਾ ਜਿਹਾ ਖਰਾਬ ਹੋਇਆ ਪਿਆ, ਨਾਲੇ ਰੋਟੀ ਚੋਪੜਿਆ ਨਾ ਕਰੋ, ਮੈਨੂੰ ਤੁਹਾਨੂੰ ਚੋਪੜੀ ਦੇ ਦਿਆ ਕਰੋ ਰੋਟੀ। ਚੱਲ ਠੀਕ ਹੈ ਬਾਪੂ ਜੀ। ਹੋਰ ਲੈ ਜਾ ਭਾਈ ਭਾਂਡੇ ਅੰਦਰ। ਠੀਕ ਹੈ ਬਾਪੂ ਜੀ, ਅੱਜ ਰੋਟੀ ਵਾਲੀ ਘੱਟ ਖਾਧੀ ਹੈਗੀ, ਗਰਮੀ ਵਾਲੀ ਆ ਭਾਈ, ਕਿੱਥੇ ਭੁੱਖ ਲੱਗ। ਐਂ ਜੀ ਕਰਦਾ ਪਾਣੀ ਪੀ ਚੱਲ, ਪਾਣੀ ਪੀ ਚੱਲ। ਖਾ ਲਈ ਬਾਪੂ ਰੋਟੀ? ਹਾਂ ਖਾ ਲਈ ਰੋਟੀ ਤਾਂ। ਅੱਛਾ ਹੋਰ ਖੇਤ ਜਾਂਦਾ ਸੀ, ਮੈਂ ਤਾਂ ਪੌਦ ਜੀ ਦੇਖ ਕੇ ਆਉਂਦਾ ਸੀ। ਪੌਦ ਦੇਖ ਕੇ ਆਉਣਾ? ਹਾਂ ਗੇੜਾ ਮਾਰਿਆ ਤੇ ਨਾਲੇ ਉਹ ਕੱਖ ਉੱਖ ਦੇਖ ਲਈ, ਕੱਖ ਨਾ ਹੋਵੇ ਉਹਨੂੰ ਚ। ਕੋਈ ਨਾ ਪਾਣੀ ਦੇਖਦਾ ਫਿਰ, ਜੇ ਤਾਂ ਅੱਜ ਲੋਟ ਲੱਗੇ ਅੱਜ ਛੱਡ ਦਾਂਗੇ, ਨਹੀਂ ਫਿਰ ਕੱਲ ਨੂੰ ਛੱਡ ਦਾਂਗੇ। ਆਹੋ ਦੇਖਦਾ ਗੱਡੀ ਗੱਡੀ ਹੋ ਗਈ, ਰਾਜੀਵ ਕੀ ਮੋਟਰਸਾਈਕਲ ਕੱਟ ਲਾਂਗੇ ਨਾ। ਹਾਂ ਇਹਨਾਂ ਦੇ ਛੱਡ ਲਈ ਜਵਾਬ ਤਾਂ ਇਹ ਕਿਹੜੇ ਜਵਾਬ ਦਿੰਦੇ? ਜਵਾਬ ਨਹੀਂ ਦਿੰਦੇ, ਵਧੀਆ ਬੰਦੇ ਆ। ਮੈਂ ਇਸ ਕਹਿੰਦਾ ਸੀ ਮੈਂ ਤੈਨੂੰ, ਮੈਂ ਇਸ ਲਈ ਇੱਕ ਹੋਰ ਦੇਖ ਲਾ, ਤੇਰੀ ਮਰਜ਼ੀ ਹੈ। ਹੁਣ ਤਾਂ ਕਣਕ ਵੇਚੀ ਹੈ, ਮਹਾ ਪੈਸੇ ਪਏ ਆ, ਫਿਰ ਚੱਲ ਜਾਣਗੇ, ਕੀ ਫਾਇਦਾ। ਹਾਂ ਇਹ ਵੀ ਤੇਰੀ ਗੱਲ ਠੀਕ ਹੈ ਨਾ, ਹੋਰ ਕੁਛ ਨਹੀਂ ਹੁੰਦਾ, ਨਾਲੇ ਹੁਣ ਮੰਦਾ ਹੋ ਰਿਹਾ ਪਸ਼ੂਆਂ ਦਾ, ਹੋ ਰਿਹਾ ਪਸ਼ੂਆਂ ਦਾ, ਕੁਛ ਨਹੀਂ ਦੇਖੋ ਕਿਸੇ ਕੋਲ ਹੋਈ ਤਾਂ। ਚੱਲ ਮੈਂ ਭੋਲੇ ਨੂੰ ਪੁੱਛੂ ਫਿਰ, ਉਹ ਮਿਲਦਾ ਰਹਿੰਦਾ ਮੈਨੂੰ, ਮੈਂ ਜਦੋਂ ਉਧਰ ਗੁਰਦੁਆਰੇ ਜਾਂਦਾ ਹੁੰਦਾ ਹਾਂ ਉੱਥੇ ਮਿਲ ਜਾਂਦਾ ਮੈਨੂੰ। ਟਿੱਡੀ ਵੀ ਨਾਲੇ ਹੈ, ਟਿੱਡੀ ਵੀ, ਟਿੱਡੀ ਵੀ ਪੁੱਛ ਲਾਂਗਾ ਉਹਨੂੰ, ਟਿੱਡੀ ਵੀ ਦਵਾ ਦੂੰਗਾ, ਐਸਾ ਵਧੀਆ ਉਹ ਵੀ ਦਵਾ ਹੁੰਦਾ, ਦੇਖ ਲਈ ਚੱਲ ਜੇ ਕੋਈ ਸਸਤੇ ਭਾਅ ਦੀ ਬਣਦੀ ਹੋਈ। ਹਾਂ ਲੈ ਲਾਂਗੇ ਇੱਕ ਨਾਲ ਰਲ ਜੂ। ਹਾਂ ਨਾਲੇ ਇੱਕ ਤਾਂ ਤੂੜੀ ਵੀ ਆਪਾਂ ਵੱਧ ਬਣਾਈ ਹੈ। ਹੋਰ ਦੋਨਾਂ ਨੂੰ ਪੁੱਛ ਲਈ, ਭੋਲੇ ਨੂੰ ਪੁੱਛਣੇ, ਭੋਲੇ ਨੂੰ ਲੈ ਲਾਂਗੇ, ਕੋਈ ਗੱਲ ਨਹੀਂ। ਹੋਰ ਹੈ ਨਾ, ਹਾਂ ਹਾਂ ਲੈ ਲਾਂਗੇ। ਹੋਰ ਹੁਣ ਨਾਲੇ ਵਿੱਚੀ ਰਲ ਜੂ। ਹੋਰ ਇਹ ਸਾਦਾ ਤਾਂ ਹੈ ਨਹੀਂ ਗਾ। ਹਾਂ ਆਮਣਾ ਆਮਣਾ ਆਮਣ ਪੁੱਤਾ। ਹਾਂਜੀ ਬਾਪੂ ਜੀ। ਮੈਂ ਭਾਈ ਮੜਾ ਸੱਥ ਕੇ ਨਹੀਂ ਜਾ ਕੇ ਆਉਣਾ। ਬਾਪੂ ਜੀ ਇੰਨੀ ਤਾਂ ਗਰਮੀ ਆ, ਤੁਸੀਂ ਬਿਮਾਰ ਹੋ ਜਾਓਗੇ। ਉਹ ਭਾਈ ਸਾਰਾ ਦਿਨ ਕਿੱਥੇ ਪਿਆ ਜਾਂਦਾ ਘਰੇ। ਚੱਲ ਬਾਪੂ ਜੀ ਤੁਹਾਡੀ ਮਰਜ਼ੀ ਆ, ਇੱਕ ਮਿੰਟ ਖੜੋ ਤੁਸੀਂ। ਉੱਥੇ ਟਾਈਮ ਪਾਸ ਹੋ ਜਾਂਦਾ ਗੱਲਾਂ ਬਾਤਾਂ ਮਾਰ ਕੇ। ਹੋਰ ਬਿਮਾਰ ਹੋ ਗਿਆ ਫਿਰ ਪੈਸੇ ਲੱਗਣ ਨੂੰ ਥਾਂ ਹੋ ਜਾਊਗਾ। ਆ ਲਓ ਬਾਪੂ ਜੀ ਤੁਸੀਂ ਛਾਤਰੀ ਲੈ ਜਾਓ। ਛਾਤਰੀ ਨੂੰ ਕੀ ਆ ਭਾਈ, ਕਾਹਨੂੰ ਬਾਪੂ ਜੀ ਐਵੇਂ ਬਿਮਾਰ ਹੋ ਜਾਣ ਕੀ ਫਾਇਦਾ। ਚੱਲ ਭਾਈ ਆ ਗਿਆ ਮੈਂ, ਹੈ 10-20। ਠੀਕ ਹੈ ਬਾਪੂ ਜੀ। ਹੋਰ ਚੱਲ ਕੋਈ ਨੀ, 10 ਮਿੰਟ ਜਾ ਆਇਆ ਬਚਾਰਾ। ਸਾਦਾ ਨਹੀਂ ਭਾਈ, ਘਰੇ ਕਿੱਥੇ ਪੈ ਜਾਂਦਾ ਸੋਰੀ। ਚੱਲ ਉੱਥੇ ਹਾਣੀ ਹੁੰਦੇ ਨੇ ਆਪਦੇ, ਘੰਟਾ 2 ਘੰਟਾ ਟਾਈਮ ਪਾਸ ਹੋ ਜਾਂਦਾ ਹੈ। ਹੋਰ ਉੱਥੇ ਗੱਪਾਂ ਛੱਡੀ ਜਾਂਦੇ ਆ, ਬੈਠੇ ਤਾਸ ਖੇਡੀ ਜਾਂਦੇ ਆ। ਸ਼ੇਖਰ ਦੁਪਹਿਰਾ ਹੋ ਗਿਆ ਕੰਮ ਕਰਦੀ ਨੂੰ। ਛਤਰੀ ਅਮਨ ਨੇ ਗਰਮੀ ਵਾਲੀ, ਉਹ ਟਾਈਮ ਨਾ ਉਹ ਟਾਈਮ ਉਹ ਆ ਕਿਧਰੋਂ ਮੱਥੇ ਲੱਗ ਗਈ, ਦੇਖ ਲੈ ਮੂਹਰੀ ਕਿਵੇਂ ਝਾਕਦਾ ਭਿਸਤਰੀ ਗਾਂ ਵਾਂਗੂ, ਲੈ ਕੇ ਖਾਣਾ ਤਾਂ ਚੁੱਕਸ। ਲੈ ਸ਼ੇਖਰ ਦੁਪਹਿਰਾ ਹੋਇਆ ਪਿਆ, ਇਹਦੋਂ ਵੀ ਟੀਕ ਕੇ ਨਹੀਂ ਬੈਠਾ ਜਾਂਦਾ। ਲੈ ਯਾਰ ਗੱਲ ਤਾਂ ਆਮਣ ਦੀ ਵੀ ਠੀਕ ਹੈ, ਜਮਾਂ ਸਿਗਰ ਦੁਪਹਿਰਾ ਹੋਇਆ ਪਿਆ ਸੱਡ ਪਰੇ ਸੱਥ ਨੂੰ ਯਾਰ, ਅੱਜ ਚਾਲੀ ਤੇ ਭਾਬੀ ਲਵੇ ਮਾਰਦੇ ਆ ਗੱਪ, ਨਾਲੇ ਗਏ ਨੀ ਕਈ ਦਿਨ ਹੋ ਗਏ, ਨਾਲੇ ਪੀਵਾਂਗੇ ਚਾਹ ਕਾਲੀ ਜੀ ਬਣਾ ਕੇ। ਹਾਂ ਹੋਰ ਗਏ ਚਾਲੀ ਚਾਹ ਕਿੰਨੀ, ਅੱਜ ਦੇਖੂ ਕੀ ਗੱਲਾਂ ਬਾਤਾਂ ਕਰਦੇ ਨੇ, ਆਹੀ ਦਾ ਮੌਕਾ ਇਹਦਾ ਬਣੂਗਾ ਪਖੰਡ। ਲੈ ਭਾਬੀ ਨੂੰ ਦਿੰਦੇ ਆ ਖੁਸ਼ਖਬਰੀ ਵੀ, ਜਿੱਡੇ ਦੀ ਤੇਰੀ ਸਕੀਮ ਵਰਤਣ ਲੱਗੇ ਨਾ ਜਮੀ ਸੁਰਗਾਂ ਚ ਵਗ ਗਿਆ, ਐ ਵੀ ਨਰਕ ਦੀ ਜ਼ਿੰਦਗੀ ਕੱਟੀ ਜਾਂਦੇ ਸੀ, ਵਾਹ ਭਰਜਾਈਏ ਤੇਰੇ ਰੰਗ ਹੀ ਲਾ ਤੇ। ਉਹ ਵਗੇ ਜਾਂਦੀ ਚ ਘਰੇ। ਲੈ ਭਾਬੀ ਤਾਂ ਮਨੋਲਾ ਸੁੱਤੀ ਪਈ ਆ ਯਾਰ, ਚੱਲ ਦੇਖ ਰਿਹਾ ਵਿਚਾਰੀ ਵੀ ਹੋਊਗੀ ਦੁਪਹਿਰੇ, ਦੁਪਹਿਰੇ ਕਿੱਧਰ ਤੁਰਿਆ ਫਿਰਦਾ। ਲੈ ਭਾਬੀ ਦਾ ਪੈ ਗਈ ਹੈ ਭਾਬੀ,
ਰੋਟੀ ਖਾ ਕੇ ਮੈਂ ਚਲ ਉੱਥੇ ਗੱਪਾਂ ਸੱਪਾਂ ਮਾਰਾਂਗੇ। ਉਹ ਆਮਣ ਕਹਿੰਦੀ ਕਹਿੰਦੀ ਬਾਪੂ ਆਰਾਮ ਕਰ ਲੈ ਦੁਪਹਿਰੇ, ਕਿੱਧਰ ਭੌਂਕਦਾ ਫਿਰੇਗਾ, ਧੁੱਪ ਵੀ ਬਾਹਲੀ ਵਧੀਆ। ਬਾਕੀ ਜਦੋਂ ਮੈਂ ਲੰਘਣ ਲੱਗਿਆ ਮੈਂ ਕਿਹਾ ਯਾਰ ਗੱਲ ਤਾਂ ਆਮਣ ਦੀ ਸਹੀ ਹੈ, ਮੈਂ ਕੁੱਡੀ ਐਡੀ ਦੂਰ ਸੱਥ ਪਿਆ ਕੁੱਥੋਂ ਆਵਾਂਗੇ, ਗਰਮੀ ਵਾਲੀ ਹੈ। ਤੇ ਫਿਰ ਮੈਂ ਚੱਲ ਦੇਖਦੇ ਭਾਬੀ ਕੋਲੇ ਮਾਰਦੇ ਚਾਰ ਗੱਪਾਂ। ਮੇਰੀ ਗੱਲ ਸੁਣ ਲੈ, ਕਿਧਰੇ ਤਾਂ ਗੂੰਦ ਕਚੀਰਾ, ਕਿਧਰੇ ਨਿੰਬੂ, ਲੈ ਬਾਪੂ ਕੱਪੜੇ ਪਾ ਲੈ, ਬਾਪੂ ਤੂੰ ਪੈ ਜਾ ਇੱਥੇ ਆਰਾਮ ਕਰ, ਘਬਰਾਹਟ ਹੁੰਦੀ ਹੈ। ਜਦੋਂ ਮੈਂ ਘਬਰਾਹਟ ਕਰ ਦਿੰਦਾ ਸਾਰਾ ਟੱਬਰ ਭੱਜਿਆ ਕੰਧ ਨੂੰ ਪੁੱਛ ਲੈ, ਦੱਸ ਦਿੰਦੀ ਹੈ। ਮੈਂ ਤਾਂ ਐਵੇਂ ਔਖਾ ਹੋ ਗਿਆ, ਅੱਗੇ ਮੈਨੂੰ ਭੱਜ ਭੱਜ ਪਾ, ਬਾਪੂ ਤੇਰੇ ਟੁੱਟੇ ਨੇ, ਬਾਪੂ ਤੇਰੇ ਆਏ ਆ, ਬਾਪੂ ਤੂੰ ਪੀ ਨੀ ਸਕਦਾ ਪਾਣੀ। ਮੈਂ ਤਾਂ ਜਿੱਦਾਂ ਹੀ ਤਾਂ ਸਕੀਮ ਦੱਸੀ ਉਹਦਾ ਨਜ਼ਾਰੇ ਲੈਣਾ ਉਹਦੇ ਦਾ ਵਧੀਆ ਕਰਿਆ ਦਲੀਪ। ਹਾਂ ਲੈ ਦਲੀਪ ਵਾਲੀ ਗੱਲ ਸੁਣ ਲੈ ਭਾਬੀ, ਸੱਚ ਇੱਕ ਤਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਦਲੀਪ, ਇੱਕ ਤੂੰ ਕਹਿੰਦੀ ਹੈ, ਨਹੀਂ ਮੈਨੂੰ ਸਾਰੇ ਜੱਬਾ ਹੀ ਜੱਬਾ ਕਹਿੰਦੇ ਨੇ ਭਾਬੀ। ਹੋਰ ਮੈਂ ਤਾਂ ਦਲੀਪ ਤੇਰੀ ਮਾਂ ਤਾਂ ਵਧੀਆ ਸੁਣੀ। ਹਾਂ ਮੈਂ ਪੱਕਾ ਨੂੰ ਤਾਂ ਦਲੀਪ ਕਹਿੰਦੇ ਸੀ, ਤੂੰ ਤਾਂ ਮੈਨੂੰ ਜੱਬਾ ਜੱਬੀ ਕਹੀ ਦੇ ਸਾਰੇ ਪਿੰਡ ਚ। ਆਲਾ ਭਾਬੀ ਸਭ ਮਾਰਦੀ ਨਜ਼ਾਰਾ ਲੈ, ਤਾਂ ਮੈਂ ਤਾਂ ਨਾ ਉਹਦੇ ਦਾ ਤੇਰੇ ਗੁਣ ਨੀ ਭੁੱਲਦਾ। ਵਧੀਆ ਕਰਿਆ ਕਿ ਨਾ ਮੈਂ। ਹੋਰ ਜਵਾਬ ਦੇਤਾ ਜਵਾਬ ਦੇਣ ਗਈ। ਓਦੂ ਬਾਅਦ ਫੇਰ ਆ ਗਈ ਮੇਰੇ ਕੋਲ ਪਾਥੀਆਂ ਤਲਦੀ ਕੋਲ, ਕਹਿੰਦੀ ਤੁਸੀਂ ਅਮਨ ਨੂੰ ਜਵਾਬ ਦੇ। ਮੈਂ ਤੈਨੂੰ ਕਿੱਥੋਂ ਪਤਾ ਲੱਗਿਆ, ਕਹਿੰਦੀ ਅਮਨ ਨੇ ਦੱਸਿਆ। ਓਏ ਉਹਦਾ ਤੁਸੀਂ ਕਿੱਥੋਂ ਯਕੀਨ ਕਰ ਲਿਆ ਭਾਬੀ? ਹੋਰ ਅਸੀਂ ਤਾਂ ਉਹੀ ਬਸ ਓਹੋ ਬੌਲੀਏ ਉਹਦੇ ਪਿੱਛੇ ਮਗਰ ਲੱਗ ਕੇ ਮੈਂ ਜਵਾਬ ਦੇਤਾ, ਘਰ ਦਾ ਮੁੰਡਾ ਦੀ ਘਰ ਦੀ ਬਹੂ ਸੀ। ਹੋਰ ਗਲਤ ਕਰਿਆ ਕੰਮ, ਆਏ ਦੇਖਾ ਅਮਨ ਮਾਰਦਾ ਨੀ ਰਿਸ਼ਤਾ ਕਰਾਉਂਦੀ, ਨਾਲ ਜੀਤ ਕਰਾਵੇ ਜਮਾ ਜ਼ਿੰਮੇਦਾਰੀ ਹੋਊਗੀ, ਇਹੋ ਜੀ ਗੱਲ ਨੀ। ਉਹ ਗਲਤ ਸਮੇਂ ਖੜਦੀ ਨੀ ਕਿਤੇ, ਉਹੀ ਤਾਂ ਗੱਲ ਹੈ ਵੀ ਘਰ ਦੇ ਜਵਾਕ ਤਾਂ ਵਧੀਆ ਸੀ, ਸੜਦਾ ਮੌਕੇ ਹੀ ਲੰਘ ਗਿਆ ਸਾਰੇ ਪਤਾ ਕਰਕੇ। ਮੈਂ ਪੁੱਛ ਕੇ ਆਉਂ, ਸਾਰੀ ਪੜਤਾਲ ਕਰਕੇ ਤੇਰਾ ਮੁੰਡਾ ਵਿਆਹਿਆ ਜਾਂਦਾ, ਵਿਆਹ ਲੈ। ਹਾਂ ਗੱਲ ਤਾਂ ਤੇ ਠੀਕ। ਹਾਂ ਇਹਦੇ ਮਗਰ ਨਾ ਲੱਗਾ, ਇਹਦਾ ਚੁਗਲ ਖੋਲਦੀ ਹੈ ਇਹਦਾ। ਉਹ ਦੇਖ ਆਪਣੇ ਪਿੰਡ ਚ ਉਹਨਾਂ ਲੀਲੇ ਕੇ ਲੜਾ ਕੇ ਮਾਰਦੇ ਸੀ। ਹੋਰ ਗੱਲ ਤਾਂ ਤੇਰੀ ਠੀਕ ਹੈ, ਉਹਨਾਂ ਦੀ ਬਹੂ ਲੈ ਵੇਉਂਦੀਆਂ, ਉਹਦੀ ਸੱਸ ਨਹੀਂ ਆਉਂਦੇ, ਉਹਦੇ ਬਹੂ ਦੀ ਆਉਂਦੇ ਕੋਲੇ। ਚੱਲ ਮੈਂ ਕੋਈ ਨਾ ਜਾ ਕੇ ਆਉਂਗੀ ਜੇਬੇ। ਹਾਂ ਤੇ ਉਹ ਭਾਬੀ ਚਾਹ ਬਣਾ ਲੈ ਫਿਰ ਘੁੱਟ। ਹਾਂ ਮੈਂ ਬਣਾਉਣੀ ਹੈ ਚਾਹ ਘੁੱਟ। ਚੱਲ ਮੇਰੀ ਸਕੀਮ ਤਾਂ ਵਧੀਆ ਲੱਗ ਭਾਬੀ, ਤੇਰਾ ਜਮੀ ਵਾਲ ਹੋਰ ਚੱਲ ਵਧੀਆ ਕਰੇ, ਹੋਰ ਜਾਉਂਦੀ ਰਹਿ ਭਾਬੀ। ਚਰਨਜੀਤ ਭੇਜਦੀ ਆ ਕੰਡੇ, ਇਹ ਹੀ ਪੜ੍ਹਾਉਂਦੀ ਆ ਪਾਠ ਤਾਂ, ਕਾਹਨੂੰ ਇਹ ਚ ਗੁੱਡੀ ਆਉਂਦੀ ਆ? ਮੈਂ ਦੱਸੂ ਅਮਨ ਕੋਲੇ, ਮੈਂ ਪੜ੍ਹਾਉਂਦੀ ਤੇ ਜੂੰਡੀਆਂ। ਤੂੰ ਵੀ ਨਾ ਭਾਬੀ ਧਰਮ ਨਾਲ ਜਮੀ ਰੰਗ ਹੀ ਲਾ ਤੇ। ਚੱਲ ਵਧੀਆ ਕੀਤਾ। ਹੋਰ ਮੈਂ ਵੀ ਕਹਿੰਦਾ ਮੇਰੀ ਗੱਲ ਸੁਣ,
ਮੇਰੇ ਚਾਚੇ ਨੇ ਰੋਟੀ ਨੀ ਦਿੱਤੀ ਜਵਾਕਾਂ ਨੇ। ਅੱਛਾ, ਉਹਨੇ ਕਿਸੇ ਸਿਆਣੇ ਤੋਂ ਪੁੱਛਿਆ? ਸਿਆਣੇ ਨੇ ਇਹੀ ਸਕੀਮ ਦਿੱਤੀ ਕਿ ਨਾ ਮੇਰੇ ਵਾਲੀ ਤੇਰੇ ਵਾਲੀ। ਅੱਛਾ, ਫਿਰ ਮਗਰ ਮੂਰੇ ਭੱਜੇ ਫਿਰਦੇ ਹੋਣਗੇ? ਨਾ, ਮਗਰ ਮੂਰੇ ਹੋਰ ਉਹੀ ਸਕੀਮ ਮੈਂ ਤੈਨੂੰ ਦੇ ਦਿੱਤੀ। ਮੈਂ ਉਹੀ ਲਾ ਲਾ ਤੂੰ, ਮੈਂ ਜਦੋਂ ਹੁਣ ਅੱਜ ਅਮਨੇ ਘਿਓ ਪਾਪਾ ਰੋਟੀ ਦਿੱਤੀ ਮੈਨੂੰ, ਹੁਣ ਕਹਿੰਦੇ ਕੰਮ ਨਾ ਕਰ ਬਾਪੂ, ਬਹਿ ਜਾ ਆਰਾਮ ਨਾਲ ਤੂੰ। ਅੱਛਾ ਹੋਰ, ਚੱਲ ਵਧੀਆ ਕੀਤਾ। ਤੇ ਜੈਨਾ ਭਾਬੀ ਮੈਨੂੰ ਲੱਗਦਾ ਅੱਜ ਉੱਥੇ ਆਉਣਾ ਸੀਗਾ, ਲੱਖੇ ਸਧਾਣੇ ਨੇ ਮਾਨਸਾ, ਉੱਧਰ ਤਾਂ ਨੀ ਵਗ ਗਿਆ ਕਿਤੇ? ਉੱਥੇ ਵਗ ਗਿਆ, ਮੈਨੂੰ ਲੱਗਦਾ ਤੜਕੇ ਗੱਲ ਕਰੀ ਜਾਂਦੇ ਫੋਨ ਤੇ ਕਿਸੇ ਨਾਲ। ਹਾਂ, ਫਿਰ ਮੈਨੂੰ ਲੱਗਦਾ ਉੱਥੇ ਹੀ ਵਗ ਗਿਆ। ਤੁਹਾਡਾ ਨੀ ਕੋਈ ਗਿਆ? ਉਹ ਮੈਂ ਜਾਣਾ ਸੀਗਾ, ਫਿਰ ਮੈਂ ਕਿਹਾ ਧੁੱਪ ਜੀ ਕਰਕੇ ਮੈਂ ਨੀ ਗਿਆ, ਫਿਰ ਮੈਂ ਉਹਨੂੰ ਰਜੀਤ ਨੂੰ ਕਿਹਾ, ਮੈਂ ਕਿਹਾ ਤੂੰ ਵਗ ਜਾ। ਉਹ ਕਹਿੰਦਾ ਯਾਰ ਬਾਪੂ, ਕਹਿੰਦਾ ਮੈਂ ਨਾ ਕਹਿੰਦਾ ਪੌਦੇ ਨੂੰ ਪਾਣੀ ਲਾਉਣਾ ਜੇ ਲਾਈਟ ਆਉਣੀ ਸੀ। ਅੱਛਾ, ਤੇ ਬੰਦਾ ਵਧੀਆ ਹੁਣ ਲੱਖਾ ਸਧਾਣਾ ਜਿੱਤੇ ਆਉਣਾ ਚਾਹੀਦਾ, ਇਹ ਲੋਕ ਪਾਉਂਦੇ ਨੀ ਵੋਟਾਂ, ਪਾਉਣੀ ਚਾਹੀਦੀ ਹੈ। ਹੁਣ ਤੂੰ ਲਾ ਲਾ ਬੇਚਾਰਾ, ਪੜ੍ਹਾਈ ਪਿੱਛੇ ਇਹ ਲੜਦਾ, ਪੰਜਾਬੀ ਪਿੱਛੇ, ਤੇ ਪਾਣੀਆਂ ਦੇ ਮੁੱਦੇ ਤੇ ਇਹ ਲੜਦਾ, ਸਾਰੇ ਪਾਸੇ ਦੇਖ ਲੈ ਪੂਰਾ ਖੜਦਾ ਜੱਚ ਕੇ। ਜਿਹੜੇ ਹੁਣ ਪ੍ਰਵਾਸੀ ਨੇ ਲਾ ਲਾ ਰੇਹੜੀਆਂ ਇੱਥੇ ਦੇਖ ਲੈ, ਆਪਦਾ ਕੋਠੀਆਂ ਬਣਾ, ਆਪਣੇ ਵਾਲੇ ਬਾਹਰ ਭੱਜੀ ਜਾਂਦੇ ਨੇ। ਹਾਂ, ਗੱਲ ਤਾਂ ਤੇਰੀ ਠੀਕ ਹੈ, ਗਲਤ ਗੱਲ ਹੈ। ਹਾਂ, ਹੋਰ ਤੂੰ ਆ ਜੀ ਬਾਬੀ, ਹੱਥ ਨੇ ਮਾਰਨੀ ਜਿਹੜਾ, ਕੋਈ ਗੱਲ ਨੀ, ਤਾਂ ਉਹਨੂੰ ਤਾਂ ਮੈਂ ਕਹਿ ਦੂੰਗਾ। ਮੇਰੇ ਨਾਲ ਤਾਂ ਗੁੱਸੇ ਜਿਹਾ ਹੋ ਰਹੀ ਹੈ ਦਿਲੀਪ। ਕੋਈ ਗੱਲ ਨੀ, ਮੈਥੋਂ ਤਾਂ ਚੱਲਦੇ ਨੇ ਹੁਣ ਸਾਰੇ। ਅੱਛਾ, ਹੋਰ ਹੁਣ ਤਾਂ ਮੰਨਦੇ ਆ ਮੇਰੀ, ਹੁਣ ਤਾਂ ਬਾਪੂ ਬਾਪੂ ਕਰਦੇ ਆ। ਚੱਲ ਕੋਈ ਨਾ, ਕੋਈ ਗੱਲ ਨੀ, ਮੈਂ ਸਮਝਾ ਦੂੰ। ਹਾਂ, ਤੂੰ ਸਮਝਾਈ ਜਾ ਕੇ, ਚੰਗਾ। ਹਾਂ, ਤੂੰ ਬਾਕੀ ਉਹਦੇ ਮਾਗ ਨਾ ਲੱਗੀ, ਉਹਨੂੰ ਤਾਂ ਬੜੇ ਗੱਪ ਮਾਰਦੀ ਆ। ਹੋਰ ਉਹਦੇ ਨੇ ਕੰਮ ਖਰਾਬ ਕਰਤਾ, ਆਈ ਨੀ ਕਿਸੇ ਕੰਮ ਦੀ। ਲੈ ਭਾਬੀ, ਚੰਗਾ ਫਿਰ ਮੈਂ ਚੱਲਦਾ ਫਿਰ। ਹੈਂ, ਪੈ ਜਾ। ਉਹ ਛਤਰੀ ਭੁੱਲ ਗਿਆ ਉਹਦੀ, ਪੱਖਾ ਲਾ ਕੇ ਪੈ ਜਾ, ਠੰਡ ਹੋ ਰਹੀ ਹੈ। ਓਹ ਭਾਬੀ, ਤੂੰ ਵੀ ਚੇਡਾਂ ਕਰਦੀ ਹੈ। ਹੋਰ ਤੇਰੀ ਜਾਨ ਸੌਖੀ, ਮੈਂ ਤਾਂ ਚੇਡਾਂ ਕਰਨ ਲੱਗੀ। ਚੱਲ ਨਾ ਭਾਈ, ਦਿਨ ਨੇ ਤੇਰੇ। ਚੱਲ ਵਧੀਆ ਹੋ ਗਿਆ ਇਹਦਾ ਵੀ, ਦਲੀਪ ਦਾ। ਚੰਗੀ ਸਕੀਮ ਦਿੱਤੀ ਸੀ ਮੈਂ ਤਾਂ, ਲੋਟ ਆ ਗਈ। ਲੈ, ਹੱਥ ਨੇ ਅਮਨ ਕੋਲ ਜਾ ਕੇ ਆਵਾਂ, ਕਰ ਰਿਹਾ ਦਲੀਪ ਦੀ ਮੰਨੀ ਲੈਣ। ਆ ਦੇਖ ਲੈ ਬੁੜੀ ਜੀ, ਨਾ ਇੰਨੀ ਕੁੱਤੇ ਦੀ ਵੱਡੀ ਹੈ ਗੇਬੋ, ਵੀ ਵਸ ਜਾਂਦੇ ਕਿਸੇ ਦਾ ਘਰ, ਇਹਨਾਂ ਦੀ ਵਿਚਾਰਿਆਂ ਦੀ ਰੋਟੀ ਪੱਕਦੀ ਹੋ ਜਾਂਦੀ। ਵੀ ਤੇਰਾ ਕੀ ਗਿਆ ਕਿਸੇ ਦਾ ਘਰ ਪੱਟ ਕੇ, ਤੂੰ ਤਾਂ ਲਾ ਕੇ ਉਂਗਲ ਤੁਰ ਗਈ। ਆਉਣ ਦੇ ਘਰੇ ਮੈਂ ਪੱਪੂ ਜੁੰਡੀਆਂ ਇਹਦੀਆਂ। ਲੈ, ਨਾਲੇ ਅਮਨ ਨੂੰ ਕਹਿਣਾ ਵੀ ਕਰਾ ਦੇ ਭਾਈ ਰਿਸ਼ਤਾ, ਪੁੰਨ ਹੁੰਦਾ ਵਿਚਾਰੀ ਆਪ ਹੱਥ ਫੂਕੀ ਜਾਂਦੀ ਹੈ, ਹੈਂ, ਆੜੇ ਕੱਢਦੀ ਫਿਰਦੀ ਹੈ। ਹਾਂ ਬੈਠੀ ਆਮਨ, ਤੈਨੂੰ ਤਾਂ ਐਂ ਕਰਦੀ ਹੈ, ਅੱਜ ਬਣਦੇ ਆ ਬੁੜੇ ਦਾ ਭਾਂਡਾ, ਵੀ ਬੁੜਾ ਪਖੰਡ ਕਰਦਾ ਹੈਗਾ। ਅੱਖੀ ਦੇਖੇ ਬਿਨਾਂ, ਕੰਨੀ ਸੁਣੇ ਬਿਨਾਂ ਕਹਿਣਾ ਨਹੀਂ ਚਾਹੀਦਾ, ਮੈਂ ਅੱਖੀ ਦੇਖ ਆਈ। ਲੈ, ਕੱਪੜੇ ਵੀ ਪੈਸਾ ਮਾਰ ਕੇ ਘੁੱਟ ਚਾਹ ਕਰਕੇ ਪੀਨੀ ਆ, ਹੁਣ ਸੰਨੀ ਦਾ ਟਾਈਮ ਵੀ ਹੋ ਗਿਆ, ਸੰਨੀ ਰਲਾਵਾਂ। ਬੇਬੇ ਤੂੰ ਕਿਉਂ ਆ ਗਈ, ਜੇ ਉਹ ਬੁੜਾ ਜਾ ਆ ਗਿਆ ਨਾ, ਨਾਲੇ ਤਾਂ ਤੇਰੇ ਗੱਲ ਪਊਗਾ, ਨਾਲੇ ਸਾਡੇ ਨਾਲ ਕਲੇਸ਼ ਕਰੂਗਾ। ਲੈ, ਬੁੜਾ ਕਿੱਥੇ, ਬੁੜਾ ਤਾਂ ਚਰਨਜੀਤ ਕੋਲ ਬੈਠਾ ਸਰਾਣੇ। ਹੈ, ਅੱਖੀ ਦੇਖੇ ਬਿਨਾਂ, ਕਹਿੰਦੇ ਸੁਣੇ ਬਿਨਾਂ ਕਹਿਣਾ ਔਖਾ ਹੈ, ਅੱਜ ਕਹਿੰਦੇ ਸੁਣਿਆ ਜੀ ਮੈਂ। ਸੁਣਿਆ ਜੀ ਬੇਬੇ, ਬੁੜਾ ਬੁੜਾ ਪਖੰਡ ਕਰਦਾ, ਸਾਰੇ ਪਾਠ ਤਾਂ ਚਰਨਜੀਤ ਪੜ੍ਹਾਈਆਂ ਹੁੰਦੀਆਂ ਨੇ। ਪਖੰਡ ਕਿਹੜਾ? ਜਿਹੜਾ ਕਹਿੰਦੇ ਇਹਦੇ ਚ ਗੁੱਡੀ ਆ ਗਈ, ਕੋਈ ਇਹਦੇ ਚ ਗੁੱਡੀ ਨਹੀਂ, ਤਾਂ ਬਹਾਨਾ ਬਣਾਇਆ ਜੀ। ਬੂਹਾ ਮਰ ਜਾ ਦੇਖ ਲਾ, ਹੈ, ਮੈਨੂੰ ਕਹਿੰਦਾ ਕਿ ਭਾਈ ਸੱਥ ਚ ਜਾ ਕੇ ਆਉਣਾ, ਤਾਸ ਖੇਡ ਕੇ ਆਉਣਾ, ਬੈਠਾ ਚਰਨਜੀਤ ਦੇ ਸਿਰਾਣੇ ਚੜਿਆ ਕੇ ਦੇਖ ਲਾ, ਉਹ ਚ ਲੱਗ ਰਿਹਾ ਭਿੱਤ ਭਿੱਤ ਕਰਨ। ਤੂੰ ਬੇਬੇ ਕਦੋਂ ਗਈ ਸੀ? ਮੈਂ ਉਹਨਾਂ ਦੇ ਘਰੋਂ ਹੀ ਆਈਆਂ। ਹੈ ਬੇਬੇ, ਪੱਕੀ ਗੱਲ ਹੈ, ਤੂੰ ਅੱਖੀ ਦੇਖ ਕੇ ਆਈ ਆ? ਹਾਂ ਪੁੱਤ, ਮੈਂ ਦੇਖ ਕੇ ਆਈ ਆ, ਹੱਥਾਂ ਦੇ ਹੱਥ ਮਾਵਾਂ ਹੱਸੀ ਜਾਂਦੇ ਨੇ, ਦੋਨੇ ਗੱਲਾਂ ਮਾਰੀ ਜਾਂਦੇ ਨੇ। ਚੱਲ ਕੋਈ ਗੱਲ ਨੀ ਬੇਬੇ, ਮੈਂ ਪੁੱਛਦੀ ਆ, ਮੈਂ ਕਰਦੀ ਉਹਨਾਂ ਨਾਲ ਗੱਲ, ਤੂੰ ਕਿਹੜਾ ਵਗ ਜਾ, ਜੇ ਆ ਗਿਆ ਨਾ ਇੱਥੇ ਕਲੇਸ਼ ਹੋਊਗਾ। ਪੁੱਤ, ਮੈਂ ਤਾਂ ਬੜੀ ਬੜੀ ਲੱਗ ਗਈ, ਵੀ ਕਦੋਂ ਮੈਂ ਅਮਨ ਨੂੰ ਦੱਸਾਂ। ਚੱਲ ਵਧੀਆ ਰਹੇਗੀ, ਤੂੰ ਮੈਨੂੰ ਦੱਸਤਾ। ਲੈ ਪੁੱਤ, ਮੈਂ ਤਾਂ ਇਹ ਗੱਲ ਦਾ ਰਜੰਟੀ ਕੱਢਣਾ ਸੀ, ਉਹ ਕੱਢ ਗਈ, ਹੁਣ ਆਪਦੀ ਪੜੀ ਵਿਚਾਰੋ। ਚੱਲ ਠੀਕ ਆ ਬੇਬੇ, ਆ ਨਾ ਜਾਵੇ, ਤੂੰ ਛੇਤੀ ਵਗ ਜਾ। ਪਤਾ ਨੀ ਪੁੱਤ ਜਿੱਡਾ ਕੀ ਬੋਲੇ।
ਲੈ ਦੇਖ ਲਾ ਹੱਦ ਹੋ ਗਈ। ਆ ਬੁੜਾ ਜੀ ਨੀ ਮਾਨ ਹੈਗਾ, ਲੋੜੇ ਲਾਉਂਦਾ ਹੈਗਾ ਕਿਤੋਂ, ਇੱਥੇ ਪਖੰਡ ਫੜਿਆ ਗਾ ਆਉਣ ਦੇ। ਮੈਂ ਕਰਦੀ ਇਹਦੇ ਨਾਲ ਇੱਕ ਪਾਸਾ, ਮੈਂ ਕਰਦੀ ਇਹਦੀ ਧਰਨ ਟਿਕਾਣੀ, ਐ ਨੀ ਲੋਟਾਉਂਦਾ ਹੈਗਾ ਇਹ। ਲੈ ਪਾਓ ਧਰਮ ਗੀ, ਕੱਲ ਨੂੰ ਸੁੱਟ ਦਾਂਗੇ ਰੇ ਉਹਦੇ ਚ। ਚੌਲੇ ਵੀ ਹੋਏ ਪਏ ਸਬਜ਼ੀ ਵਾਲੇ, ਹਨਾ ਸੁੱਕੇ ਪਈ ਆ ਯਾਰ ਸਾਰੀ, ਹਨਾ ਪਾਣੀ ਜੇ ਹੁਣ ਦੁਪਹਿਰੇ ਪਾਣੀ ਲਾਤਾ ਫਿਰ ਤਾਂ ਸਬਜ਼ੀ ਮੱਚ ਜੂਗੀ, ਹੱਥ ਨੇ ਲਾਉਣ ਠੰਡੇ ਜੇ ਹੋਏ। ਨਾਲੇ ਤਾਂ ਖਾਣਾ ਦੋ ਰੋਟੀਆਂ ਜਾ ਕੇ, ਨਾਲੇ ਪੀਣਾ ਘੁੱਟ ਚਾਹ। ਓਹੋ ਅੱਗ ਪੈਣ ਲੱਗ ਗਈ, ਗਾਹਾਂ ਪਤਾ ਨੀ ਕੀ ਬਣੂਗਾ। ਲੈ ਪਸ਼ੂ ਵੀ ਤੂੰ ਭੁੱਖੇ ਤੜਾਈ ਜਾਂਦੇ ਆ, ਮਤਲਬ ਸੰਨੀ ਨੀ ਲੜਾਈ ਹੈਗੀ ਇਹਨਾਂ ਨੂੰ। ਆਵਣਾ ਲੈ ਪਾਣੀ ਦਾ ਗਲਾਸ ਲੈ ਕੇ ਆ ਘੁੱਟਾ। ਆਈ ਜੀ, ਚਾਹ ਪੀ ਕੇ ਸੰਨੀ ਲੜਾਵਾ। ਲੈ ਦੁੱਧ ਪਾਈ ਦੇਵਾ ਫਿਰ ਫੜਾਉਣੀ ਆ ਪਾਣੀ ਕਿਹੜਾ, ਆਉਂਦੀ ਨੂੰ ਉੱਬਲ ਜੂਗੀ। ਆ ਲਓ ਚਾਹ ਬਣਾ ਰੱਖੀ ਆ। ਹਾਂਜੀ ਦੁੱਧ ਪਾਤਾ ਮੈਂ, ਤਰਖੀ ਸੀ ਚਾਹ। ਮੈਂ ਤਾਂ ਮੈਨੂੰ ਚਾਹ ਲਿਆ ਦੇ, ਨਾਲੇ ਲਿਆ ਦੇ ਦੋ ਰੋਟੀਆਂ ਤੇ ਪਸੀਆਂ ਨੂੰ ਸੰਨੀ ਤੇ ਲਾ ਦਿੰਦੀ। ਇਹ ਲਾਉਂਦੀ ਸੀ ਮੈਂ ਕੱਪੜੇ ਤਾਂ ਮਾਰ ਕੇ, ਮੈਂ ਚਾਹ ਧਰ ਲਈ, ਮੈਂ ਸੰਨੀ ਲਾ ਦੂੰਗੀ ਹੁਣ। ਬਾਪੂ ਕਿਤੇ ਲੱਗ ਗਿਆ? ਬਾਪੂ ਤੈਨੂੰ ਫਿਰ ਦੱਸ ਦਿਓ, ਕੋਈ ਗੱਲ ਨੀ ਪੀ ਲਾ ਪਾਣੀ, ਉਹਦੀ ਵੀ ਕਹਾਣੀ ਦੱਸਦੀ ਆ ਤੇ ਰੋਟੀ ਮੈਂ ਬਣਾਉਣੀ ਆ। ਆਟਾ ਚੱਕਿਆ ਪਿਆਗਾ, ਚੱਲ ਚਾਹ ਲਿਆ ਦੇ ਫਿਰ। ਠੀਕ ਹੈ ਜੀ, ਚਾਹ ਪੀ ਕੇ ਮੈਂ ਸੰਨੀ ਲਾ ਦੂੰ, ਤੂੰ ਰੋਟੀ ਬਣਾ ਲਈ। ਬਾਪੂ ਕਿੱਧਰ ਤੁਰਿਆ ਫਿਰਦਾ ਯਾਰ ਸਿਖਰ ਦੁਪਹਿਰੇ, ਇਹ ਕਿੱਧਰੋਂ ਆਉਂਦਾ? ਆ ਲਓ ਟਿੱਕੇ ਨੀ ਬਹਿ ਸਕਦਾ, ਬਣਾ ਦੇ ਰੋਟੀ, ਬਣਾ ਲਾ। ਓਹੋ ਬਾਹਲੀ ਗਰਮੀ, ਲਾਇਆ ਪਾਣੀ? ਲਾਇਆ ਪਾਣੀ ਤਾਂ ਤੂੰ ਕਿੱਧਰ ਤੁਰਿਆ ਫਿਰਦਾ ਸਿਖਰ ਦੁਪਹਿਰੇ? ਸੁਣਾ ਮੈਂ, ਉਹ ਸੱਤ ਚ ਵਗ ਗਿਆ ਸੀ, ਗਰਮੀ ਬਾਹਲੀ ਆ ਯਾਰ, ਗਰਮੀ ਅੱਗ ਤਾਂ ਪਈ ਜਾਂਦੀ, ਘਰੇ ਨੀ ਬੈਠਾ ਹੁੰਦਾ ਬਾਪੂ ਯਾਰ ਤੂੰ ਵੀ। ਬਸ ਮਹਾ ਚਲ ਉੱਥੇ ਗੱਲਾਂ ਬਾਤਾਂ ਮਾਰਾਂਗੇ ਤੇ ਸਬਜ਼ੀ ਜੀ ਨੂੰ ਲਾ ਲਾਦਾ ਪਾਣੀ। ਸਬਜ਼ੀ ਮਹਾ ਜੇ ਹੁਣ ਲਾਤਾ ਪਾਣੀ ਤਾਂ ਮੱਚ ਜੂਗੀ ਸਿਖਰ ਦੁਪਹਿਰੇ, ਹੱਥ ਨੀ ਲਾਦਾਂਗੇ ਠੰਡੇ ਜੋ ਹੋਏ। ਹੋਰ ਸੁੱਕ ਹੀ ਜਾਂਦੇ ਨੇ ਚੌਲੇ ਜੇ, ਮੈਂ ਦੇਖੇ ਤੜਕੇ। ਚੌਲੇ ਤਾਂ ਬਹੁਤ ਹੋ ਰਹੇ, ਹੱਥ ਨੀ ਤੋੜ ਕੇ ਲਿਓ ਮੈਂ ਸਬਜ਼ੀ ਵਾਸਤੇ। ਹਾਂ ਦਵਾਈ ਕਰਨਾ ਨਹੀਂ ਉਤੇ ਨਾ, ਦਵਾਈ ਵੀ ਛਿੜਕਦਾ ਏ। ਹੋਰ ਪਾਉਸ ਜੀ ਤਾਂ ਆਰਾਮ ਜੀ, ਮੈਂ ਕੱਲ ਨੂੰ ਰੇਹ ਛਿੜਦਾ ਉਹ ਚ। ਸ਼ਰਮ ਕੀ, ਕੱਲ ਨੂੰ ਛਿੜਦੀ ਰੇਹ ਚ ਛਿੜਦਾਂਗੇ। ਭਾਵੇਂ ਤਾਂ ਘਬਰਾਹਟ ਜੀ ਹੋਈ ਜਾਂਦੀ ਆ। ਪਾਣੀ ਦਾ ਗਲਾਸ ਲੈ ਭਾਈ, ਆਪਣਾ ਪਾਣੀ ਲਿਆ ਦੇ ਬਾਪੂ ਨੂੰ, ਆਪਣਾ ਪਾਣੀ ਚੱਕ ਕੇ ਪੀ ਲਾ ਬਾਪੂ, ਮੈਥੋਂ ਨਹੀਂ ਫੜਾਇਆ ਜਾਂਦਾ। ਉਹ ਮੈਨੂੰ ਘਬਰਾਹਟ ਜੀ ਹੋਈ ਜਾਂਦੀ ਆ ਭਾਈ, ਲਿਆ ਦੇ ਪਾਣੀ। ਕਿਵਰੇ ਨੀ ਤੈਨੂੰ ਘਬਰਾਹਟ ਹੁੰਦੀ, ਪਖੰਡ ਫੜ ਰੱਖਿਆ ਇਹਨੇ। ਤਾਂ ਲਿਆ ਦੇ ਪਾਣੀ ਦਾ ਗਲਾਸ, ਫਿਰ ਕੀ ਹੋ ਗਿਆ, ਐ ਥੋੜਾ ਬੋਲਦੇ ਹੁੰਦੇ ਆ। ਮੈਥੋਂ ਲਿਆ ਮੈਂ ਜਾਂਦਾ। ਤੈਨੂੰ ਪਤਾ ਹੈਗਾ ਕੀ ਕਰਤੂਤ ਕਰਕੇ ਆਇਆ ਇਹ? ਹੁਣ ਕੀ ਕਹਤਾ ਤੈਨੂੰ ਇਹਨੇ? ਆ ਦੇਖ ਲਾ, ਤੇਰੇ ਬਾਪ ਨੇ ਕੋਲੇ ਕਹਿੰਦਾ ਮੇਰੇ ਚ ਤਾਂ ਬੇਬੇ ਆਉਂਦੀ ਹੈਗੀ। ਆ ਹੁਣ ਬੇਬੇ ਦੱਸ ਕੇ ਗਈ ਆ ਗੇਬੋ, ਚਰਨਜੀਤ ਕੋਲੇ ਗਿਆ ਸੀ, ਉਹਨੇ ਸਿਖਾਇਆ ਹੋਇਆ ਸੀ ਇਹ। ਅੱਗੇ ਪਖੰਡ ਖੇਡਿਆ ਕਰ ਤੂੰ, ਵੀ ਮੇਰੇ ਚ ਕਾਸਰ ਹੁੰਦੀ ਆ ਮੈਨੂੰ। ਉਹ ਬੇਬੇ ਦਾ ਕੀ ਆ, ਬੇਬੇ ਦਾ ਭਕਾਈ ਮਾਰ ਜਾਂਦੀ ਆ। ਕੋਈ ਮਾਰਦੀ ਨੀ ਭਕਾਈ ਹੈਗੀ, ਸਾਰੇ ਪਵਾੜੇ ਉਹਦੀ ਪਾਏ ਹੋਏ ਨੇ ਭਾਈ। ਸੋਡੇ ਲਵੇ ਕੁਛ ਕਹੇਗੀ, ਉਹਨਾਂ ਲਵੇ ਕੁਛ, ਜਿਹੜਾ ਰਿਸ਼ਤਾ ਕਰਾਉਂਦੇ ਜੀ ਤੁਸੀਂ ਉਹਨਾਂ ਕੋਲੇ ਜਾ ਕੇ ਕਹਿੰਦੀ ਕਹਿੰਦੀ ਉਹ ਤਾਂ ਕੁੜੀ ਆਏ ਆ, ਕੁੜੀ ਆਏ ਆ, ਬਾ ਸੋਡੇ ਲਵੇ ਆਏਗਾ ਤਾਂ ਇੱਕ ਮੁੰਡਾ ਨਸ਼ੇ ਕਰਦਾ ਹੈਗਾ, ਸਾਰੇ ਪਵਾੜੇ ਉਸੇ ਦੀ ਪਾਏ। ਸਾਡਾ ਤਾਂ ਕੁਛ ਨਹੀਂ ਗਿਆ, ਵਧੀਆ ਤਾਂ ਸਮਾਂ, ਉਦੋਂ ਵੀ ਤਕੜੇ ਘਰੇ ਗਈ ਆ, ਵਧੀਆ ਵਧੀਆ ਹੋਇਆ, ਕੁਛ ਵੀ ਕਹਿਤਾ, ਚਾਹੇ ਉਹਨਾਂ ਚ ਕਸੂਰ ਸੀ, ਚੱਲ ਇਹਨੇ ਕਹਿਤਾ, ਉਹਨਾਂ ਨੇ ਤਾਂ ਮੁੰਡਾ ਵਿਆਹਣਾ ਸੀ, ਉਹਨਾਂ ਨੇ ਕਿਉਂ ਜਵਾਬ ਤੋਂ ਪਤਾ ਸਤਾ ਕਰਕੇ ਫੇਰ ਉਹ ਕਰਦੇ? ਕਹਿੰਦੇ ਉਹਨਾਂ ਨੇ ਕਹਿੰਦੇ ਕੰਨੀ ਸੁਣੇ ਅੱਖੀ ਦੇਖ ਬਿਨਾਂ ਕੰਮ ਕਰੀਦਾ ਨਹੀਂ ਹੁੰਦਾ, ਉਹ ਆਪਦੇ ਅੱਖੀ ਦੇਖ ਕੇ ਆਉਂਦੇ, ਸੁਣ ਕੇ ਆਉਂਦੇ। ਉਹ ਮੈਂ ਤਾਂ ਭਾਈ ਚਰਨੀ ਜੀ ਨੂੰ ਕਹਿਦਾ ਸੀਗਾ, ਮਹਾਂ ਤੂੰ ਕਿਹੜਾ ਸਾੜੀ ਪੜਤਾਲ ਕਰਕੇ ਉਹ ਕਰਨਾ ਸੀਗਾ, ਇਹਦਾ ਕੀ ਹੈ ਗੱਬੂ ਦਾ, ਇਹਦਾ ਚੁਗਲ ਹੋਰ ਹੈ, ਹਰੇਕ ਦੇ ਘਰੇ ਉਹਦੇ ਵੱਜ ਜਾਂਦੀ, ਉਹਦੇ ਵੱਜ। ਚੱਲ ਓਏ, ਉਹ ਤਾਂ ਚੁਗਲੀ ਕਰਤੀ, ਉਹ ਤਾਂ ਕਰਤੀ, ਕੋਈ ਗੱਲ ਨਹੀਂ। ਆ ਚਰਨਜੀਤ ਨੇ ਚੰਗੀ ਕੀਤੀ, ਤੂੰ ਹੀ ਕਹਿਣ ਦੀ ਵੀ ਭਾਈ ਮੈਨੂੰ ਰੋਟੀ ਰੋਟੀ ਚੱਜ ਦੀ ਦੇ ਦਿਆ ਕਰੋ। ਪਰ ਬਾਪੂ ਤੈਨੂੰ ਵੀ ਪਖੰਡ ਕਰਨ ਦੀ ਕੀ ਲੋੜ ਸੀ, ਵੀ ਮੇਰੇ ਚ ਤੇਰੀ ਬੇਬੇ ਆਉਂਦੀ ਆ, ਕਿੱਡੀ ਬੇਇੱਜ਼ਤੀ ਆ, ਲੱਗਦਾ ਸਿਆਣਾ ਬਿਆਣਾ ਗਾ ਇਹਦੇ ਚ ਭੂਤ ਆਉਣ ਲੱਗ ਗਈਆਂ। ਉਹ ਮੈਂ ਤਾਂ ਭਾਈ ਐਂ ਕਹਿ ਰਿਹਾ ਸੀਗਾ, ਤੈਨੂੰ ਸਹੀ ਗੱਲ ਦੱਸਾਂ, ਉਹਦਾ ਤੁਸੀਂ ਰੋਟੀ ਨਹੀਂ ਦਿੰਦੇ ਜਿਉਂਦੇ ਜੀ ਨੂੰ,
ਮਰਿਆ ਮਗਰੋਂ ਤੁਸੀਂ ਉਹਨਾਂ ਦੇ ਮੜੀਆਂ ਤੇ ਜਾ ਕੇ ਖੀਰਾ ਬਣਾ ਬਣਾ ਖਵਾਉਂਦੇ ਹੋ। ਨਹੀਂ ਬਾਪੂ ਫਿਰ ਜੇ ਕੋਈ ਗੱਲਬਾਤ ਸੀ ਸਾਨੂੰ ਉਹੀ ਕਹਿਣ ਦਾ। ਊਂ ਭਾਈ ਤੁਸੀਂ ਕਿੱਥੇ ਉਹ ਕਰਦੇ ਸੀ ਰੋਟੀ? ਤੁਹਾਨੂੰ ਕਿੰਨੇ ਵਾਰੀ ਭਲੇ ਮਨਸ ਨਾਲ ਕਹਿਤਾ ਭਾਈ ਆਹ ਰੋਟੀ ਫੜਾ ਦੋ, ਚਾਹ ਫੜਾ ਦੋ, ਉਦੋਂ ਤਾਂ ਚਾਹੇ ਟੁੱਟੇ ਨੇ ਬਾਪੂ ਤੇਰੇ ਆਏ ਨੇ। ਚੱਲ ਫਿਰ ਕੀ ਹੋ ਗਿਆ ਮੈਂ ਜੇ ਕਰ ਲਿਆ ਪਖੰਡ? ਇੰਨੇ ਨਾਲ ਮੈਨੂੰ ਮਾੜਾ ਮੇਰੀ ਸੌਖੀ ਜ਼ਿੰਦਗੀ ਨਾਲ ਸਾਰੇ ਪਿੰਡ ਚ ਤਰਾ ਤਰਾ ਹੋ ਰਹੀ ਆ, ਕਦੇ ਉਹਨਾਂ ਦੇ ਬੁੜਿਆਂ ਚ ਉਹਦੇ ਘਰ ਵਾਲੀ ਆਉਂਦੀ ਹੈਗੀ। ਜਿਉਂਦੇ ਜੀ ਤਾਂ ਭਾਈ ਤੁਸੀਂ ਰੋਟੀ ਨਹੀਂ ਦਿੰਦੇ, ਮਰਿਆ ਮਗਰ ਤੁਰੇ ਫਿਰਦੇ ਹੋ। ਆ ਜਦੋਂ ਤੁਹਾਨੂੰ ਬੇਬੇ ਦਾ ਨਾਂ ਲੈਤਾ ਉਦੋਂ ਤੁਸੀਂ ਭੱਜ ਭੱਜ ਕੇ ਕਿਤੇ ਬਾਪੂ ਨਵੇਂ ਕੱਪੜੇ ਪਾ ਲਾ, ਕਿਤੇ ਬਾਪੂ ਆਹ ਪਾਣੀ ਪੀ ਲਾ। ਹੁਣ ਸਾਨੂੰ ਕੀ ਪਤਾ ਸੀ ਵੀ ਲੱਸਣ ਨੇ ਇਹ ਸਾਰੇ? ਤੁਹਾਡੀ ਮਰਜ਼ੀ ਆ ਭਾਈ, ਮੈਂ ਤਾਂ ਗੁਰਦੁਆਰੇ ਜਾ ਕੇ ਖਾ ਲੈਣਾ ਫਿਰ ਜੇ ਆਈ। ਗੁਰਦੁਆਰੇ ਜਾਣ ਵਾਲੀ ਤਾਂ ਕਿਹੜੀ ਗੱਲ ਆਈ, ਪਖੰਡ ਕਾਹਦੇ ਵਾਸਤੇ ਕਰਿਆ ਬਾਪੂ? ਕੋਈ ਗੱਲ ਹੈ ਭੈੜਾ ਲੱਗਦਾ ਬੰਦਾ ਸਿਆਣਾ ਬੇਣਾ। ਚਲ ਬਾਪੂ ਤੈਨੂੰ ਕਹਾਂ ਪਹਿਚਾਣ ਨੂੰ ਇਹੋ ਜਿਹਾ ਕੁਛ ਕਰਨ ਦੀ ਕੋਈ ਲੋੜ ਨਹੀਂ ਹੈਗੀ, ਠੀਕ ਆ? ਤੈਨੂੰ ਰੋਟੀ ਟੁੱਕ ਵੀ ਮਿਲੂ, ਸਭ ਕੁਛ ਕੱਪੜੇ ਲੀੜਾ ਧੋਤਾ ਵੀ ਮਿਲੂਗਾ। ਪਰ ਇਹ ਗੱਲ ਤੇਰੀ ਮੈਨੂੰ ਜਮਾਂ ਸਹੀ ਲੱਗੀ ਵੀ ਲੋਕ ਮਰਨ ਤੋਂ ਬਾਅਦ ਤਾਂ ਪੂਜਣ ਲੱਗ ਜਾਂਦੇ ਨੇ, ਜਿਉਂਦੇ ਜੀ ਨੂੰ ਕੋਈ ਪਾਣੀ ਦਾ ਗਲਾਸ ਨਹੀਂ। ਉਹੀ ਤਾਂ ਗੱਲ ਆ। ਚਲ ਠੀਕ ਆ ਮੈਂ ਪਾਣੀ ਲੈ ਕੇ ਆਉਂਦੀ ਹਾਂ। ਮੈਨੂੰ ਕਹਿਣ ਕੀ ਲੋੜ ਸੀ ਪਖੰਡ ਕਰਨ ਦੀ ਜੇ ਤੁਸੀਂ ਮੈਨੂੰ ਪਹਿਲੀ ਰੋਟੀ ਸਹੀ ਦੇਈ ਜਾਂਦੇ? ਚੱਲ ਵੀ ਤੂੰ ਕਹਦੇ ਮੈਨੂੰ ਰੋਟੀ ਵਧੀਆ ਦਿਆ ਕਰੋ ਭਾਈ। ਆ ਲੈ ਬਾਪੂ। ਲੈ ਭਾਈ। ਚਲੋ ਦੇਰ ਆਏ ਦੋਸਤ ਆਏ, ਸੁਧਰ ਤਾਂ ਗਏ।